ਇਟ ਗਿਵਸ ਯੂ ਇਮੈਂਸ ਪ੍ਰਾਊਡ ਅਤੇ ਬਹੁਤ ਸਾਰੇ ਲੋਕਾਂ ਨੂੰ ਆਹ ਫੀਲ ਹੁੰਦਾ ਯਾਰ ਅਸੀਂ ਵੀ ਕਰ ਸਕਦੇ ਹਾਂ, ਸਾਡੇ ਇੱਥੋਂ ਲੋਕ ਨਿਕਲ ਕੇ ਜਾਂਦੇ ਨੇ। ਮੈਂ ਕਹਿ ਸਕਦਾ ਕਿ ਪੰਜਾਬ ਇਸ ਵਕਤ ਜਿਸ ਤਰ੍ਹਾਂ ਦੇ ਨਾਲ ਰਾਜ ਕਰ ਰਿਹਾ ਨਾ ਉੱਧਰ, ਲਾਈਕ ਫਰੋਮ ਸਟਾਰਟਿੰਗ ਫਰੋਮ ਦਿਲਜੀਤ ਦੋਸਾਂਝ ਤੁਸੀਂ ਕੰਮ ਕਰ ਰਹੇ ਹੋ, ਵਾਮਿਕਾ ਜਾ ਕੇ ਉੱਥੇ, ਵਾਮਿਕਾ ਇਜ਼ ਡੂਇੰਗ ਗ੍ਰੇਟ ਜੋਬ, ਹੈ ਨਾ। ਤਾਂ ਉਹ ਚੀਜ਼ ਹੈਗੀ ਇੱਕ ਲਾਈਕ ਪ੍ਰਾਊਡ ਦੇ ਨਾਲ ਨਾਲ ਰਿਸਪੋਂਸਿਬਿਲਿਟੀ ਆ ਰਹੀ ਹੈ, ਕੀ ਕੁਛ ਆਉਂਦਾ, ਮੈਨੂੰ ਫੀਲਿੰਗ ਜਾਣਨਾ ਚਾਹੁੰਦਾ ਇਹ ਕੀ ਹੁੰਦੀ ਹੈ ਫੀਲਿੰਗ। ਸੱਚੀ ਦੱਸਾਂ ਕਿ ਲਾਈਕ ਸਾਡੇ ਤੱਕ ਵੀ ਮਤਲਬ ਸਭ ਤੋਂ ਪਹਿਲਾਂ ਦਲਜੀਤ ਭਾਜੀ ਕਰਕੇ ਸ਼ੁਰੂ ਹੋਇਆ ਸਾਰਾ ਕੁਛ, ਉਹਨਾਂ ਕੋਲ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ 'ਚ ਦੇਖਣਾ ਸ਼ੁਰੂ ਕੀਤਾ ਕਿ ਵੀ ਹਾਂ ਆਪਾਂ ਇੱਥੋਂ ਕੰਮ ਕਰਵਾ ਸਕਦੇ ਹਾਂ ਵਧੀਆ। ਰਿਸਪੋਂਸੀਬਿਲਟੀ ਦਾ ਦੇਖੋ ਮੇਰੀ ਕੋਸ਼ਿਸ਼ ਫਿਰ ਉਹੀ ਆ ਗਈ ਵੀ ਚਾਹੇ ਮੈਂ ਇੱਥੇ ਕੰਮ ਕਰਾਂ ਚਾਹੇ ਉੱਥੇ ਕੰਮ ਕਰਾਂ, ਮੈਂ ਮਿਹਨਤ ਤੋਂ ਨਹੀਂ ਭੱਜਦਾ ਹੁੰਦਾ, ਮੈਨੂੰ ਹੁੰਦਾ ਕਿ ਜਿਹੜੇ ਕੰਮ ਲਈ ਬੁਲਾਇਆ ਗਿਆ ਉਹ ਕੰਮ ਪੂਰੇ ਦਿਲ ਤੋਂ ਕੀਤਾ ਜਾਵੇ। ਸੋ ਜਦੋਂ ਤੁਸੀਂ ਉਹ ਕੰਮ ਕਰਦੇ ਹੋ ਨਾ, ਜਿਵੇਂ ਫਿਰ ਉਹੀ ਹੋਵੇ ਵੀ ਇੱਥੇ ਹਰ ਕੋਈ ਬੰਦਾ ਟਾਈਮ ਪਾਸ ਲਈ ਕੰਮ ਨਹੀਂ ਕਰਦਾ ਹੈਗਾ, ਮਤਲਬ ਬਹੁਤ ਜਦੋਂ ਫਿਲਮਾਂ ਦੇ ਵਿੱਚ ਖਾਸ ਕਰਕੇ ਕੀ ਹੁੰਦਾ ਕਿ ਕੋਈ ਫਾਈਨਾਂਸਰ ਆ ਗਿਆ, ਚੁੱਕੋ ਜੀ ਆ ਐਂ ਕਰਕੇ ਸਬਸਿਡੀ ਆ ਜੂ, ਆਪਾਂ ਫਿਲਮ ਬਣਾ ਲੈਂਦੇ ਇੱਦਾਂ, ਉਹ 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 ਇਸ ਤਰੀਕੇ ਨਾਲ ਫਿਲਮ, ਕਈ ਕਈ ਪੈਸ਼ਨੇਟ ਹੁੰਦੇ ਆ ਬਹੁਤ ਪੈਸ਼ਨੇਟ ਲੋਕ, ਐਂਡ ਜਿਨ੍ਹਾਂ ਨੂੰ ਜਿਹੜਾ ਬੰਦਾ ਚਾਹੀਦਾ ਹੁੰਦਾ ਉਸ ਰੋਲ ਲਈ ਫਿਰ ਉਹੀ ਚਾਹੀਦਾ ਹੁੰਦਾ ਹੈ ਨਾ। ਸੋ ਮੇਰੇ ਨਾਲ ਖੁਦ ਐਵੇਂ ਦੇ ਕਿੱਸੇ ਹੋ ਚੁੱਕੇ ਨੇ, ਇੱਕ ਦੋ ਫਿਲਮਾਂ ਸੀਗੀਆਂ ਕਿ ਜਿਹਦੇ ਲਈ ਮੈਨੂੰ ਸਪੈਸ਼ਲ ਉਹਨਾਂ ਨੇ ਚੂਜ਼ ਕੀਤਾ, ਮੈਂ ਆਡੀਸ਼ਨ ਦਿੱਤਾ ਤਾਂ ਉਹਨਾਂ ਨੇ ਸਿਲੈਕਟ ਕੀਤਾ ਕਿ ਇਹੀ ਬੰਦਾ ਚਾਹੀਦਾ ਨਾ ਜਾਂ ਇੱਦਾਂ ਚਾਹੀਦਾ। ਸੋ ਮੈਨੂੰ ਹੁੰਦਾ ਕਿ ਮੈਂ ਮੇਰੇ ਇੱਕ ਤਰ੍ਹਾਂ ਦਾ ਮੈਂ ਕੰਮ ਵੀ ਕਰ ਰਿਹਾ ਅਤੇ ਮੇਰੇ ਆਡੀਸ਼ਨ ਨੇ ਇਹ। ਮੈਨੂੰ ਹਜੇ ਵੀ ਯਾਦ ਹੈ ਜਦ ਮੈਂ ਤੁਹਾਡਾ ਸੋਨਾਕਸ਼ੀ ਦੇ ਨਾਲ ਇੰਟਰਵਿਊ ਕੀਤਾ ਸੀ, ਉਸ ਫਿਲਮ ਦੇ ਡਾਇਰੈਕਟਰ ਨੇ ਕਿਹਾ ਸੀ ਕਿ ਤੇ ਮੈਨੇ ਇੱਕ ਗਾਣੇ ਕਾ ਇੱਕ ਪੋਰਸ਼ਨ ਦੇਖਾ ਜਹਾਂ ਸੇ ਮੇਰੇ ਕੋ ਪਸੰਦ ਆਇਆ ਜੱਸੀ ਗਿੱਲ, ਔਰ ਉਹਨਾਂ ਨੇ ਸਿੱਧਾ ਮੈਨੂੰ ਫੋਨ ਕੀਤਾ ਕਿ ਇਹੀ ਚਾਹੀਏ ਇਹੀ ਚਾਹੀਏ। ਤੋ ਮਤਲਬ ਮੈਂ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਵੀ ਕੰਮ ਕਰੀਏ ਉਹ ਕੰਮ ਦੇ ਵਿੱਚ ਤੁਹਾਡੀ ਮਿਹਨਤ ਤੇ ਤੁਹਾਡਾ ਹਾਰਡਵਰਕ ਦਿਖਦਾ ਹੋਵੇ ਤੇ ਦਿਲ ਤੋਂ ਕੀਤਾ ਹੋਊ ਕੰਮ ਹੋਵੇ। ਬਾਕੀ ਫਿਲਮ ਕੰਮ ਨਾ ਕਰਨੀ ਅਲੱਗ ਚੀਜ਼, ਉਹ ਬਹੁਤ ਚੀਜ਼ਾਂ ਮੈਟਰ ਕਰਦੀਆਂ ਨੇ, ਤੁਹਾਡੀ ਕਿਸਮਤ ਦੀਆਂ ਗੱਲਾਂ ਹੁੰਦੀਆਂ ਨੇ ਜਾਂ ਕਰ ਲੈ ਲੋ ਕੋਨਸੈਪਟ ਸਾਰਾ ਕੀ ਆ ਪੂਰੇ ਪ੍ਰੋਜੈਕਟ ਦੀ ਉਹ ਆ, ਬਟ ਜਦੋਂ ਤੁਹਾਡਾ ਕੰਮ ਦੇਖਿਆ ਜਾਵੇ ਤਾਂ ਫਿਰ ਬੰਦਾ ਕਹੇ ਯਾਰ ਵੀ ਯਾਰ ਕੰਮ ਵਧੀਆ ਕਰਦੇ ਤਾਂ ਆਪਾਂ ਆਹ ਵੀ ਕਰਵਾ ਸਕਦੇ ਹਾਂ। ਸੋ ਮੇਰਾ ਥੋਟ ਪ੍ਰੋਸੈਸ ਥੋੜਾ ਡਿਫਰੈਂਟ ਇਸ ਤਰੀਕੇ ਨਾਲ। ਇਸ ਮਾਮਲੇ ਵਿੱਚ ਉਹੀ ਕਹਿੰਦਾ ਕਿ ਇੱਕ ਰਿਸਪੈਕਟ ਆਪਾਂ ਜ਼ਰੂਰ ਸਾਰੇ ਕਰਦੇ ਹਾਂ। ਸੋ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਕੋਈ ਵੀ ਕੰਮ ਮੈਂ ਅੱਧੇ ਮਨੋਂ ਨਾ ਕਰਾਂ, ਜਿਹੜਾ ਮੈਂ ਅੱਧੇ ਮਨੋਂ ਮੇਰੇ ਜਿੱਦਣੇ ਮੇਰੇ ਦਿਮਾਗ 'ਚ ਹੀ ਇੱਦਾਂ ਆ ਗਿਆ ਕਿ ਚੱਲ ਠੀਕ ਹੈ ਦੇਖ ਲੈਂਦੇ ਕਰ ਦਿੰਦੇ ਹਾਂ, ਮਤਲਬ ਉਹ ਪਹਿਲਾਂ ਹੀ ਮੇਰੇ ਮਨ 'ਚ ਹੀ ਅੱਧਾ ਹੋ ਗਿਆ ਅਤੇ ਫਿਰ ਉਹ ਕੰਮ ਦੇ ਵਿੱਚ ਵੀ ਅੱਧਾ ਹੀ ਹੋ ਗਿਆ। ਬਿਲਕੁਲ, ਔਰ ਇਹ